ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਗੁਰਦੁਆਰਾ ਸਾਹਿਬ ਆਏ ਸੀਗੇ ਜੀ, ਅਤੇ ਹੁਣੇ ਹੁਣੇ ਆਪਣੇ ਆੜੀ ਦਾ ਫੋਨ ਆਇਆ ਵਾ, ਉਹਨੇ ਨਵੀਂ ਜੀਪ ਲਿਆਂਦੀ ਆ, ਉਹਨੂੰ ਮੈਂ ਇੱਧਰਲੇ ਨਾਲ ਦੇ ਪਲਾਜ਼ੇ 'ਚ ਬੁਲਾਇਆ, ਆਪਾਂ ਉੱਥੇ ਚੱਲਦੇ ਹਾਂ, ਨਾਲੇ ਤਾਂ ਆਪਾਂ ਉਹਨੂੰ ਮਿਲਦੇ ਹਾਂ, ਨਾਲੇ ਉਹਦੀ ਜੀਪ ਦੇਖਦੇ ਹਾਂ, ਅਤੇ ਜੀਪ ਬਾਰੇ ਸਾਰੇ ਕੁਸ਼ਚਨ ਪੁੱਛਦੇ ਹਾਂ ਵੀ ਕਿੰਨੇ ਦੀ ਲਈ ਆ, ਕੀ ਹਿਸਾਬ ਕਿਤਾਬ ਆ, ਕਿਉਂਕਿ ਕਾਫੀ ਕਮੈਂਟ ਮੈਨੂੰ ਆਉਂਦੇ ਰਹਿੰਦੇ ਸੀ ਵੀਰੇ ਜੀਪ ਦਾ ਕੀ ਹਿਸਾਬ ਕਿਤਾਬ ਹੁੰਦਾ ਵਾ, ਆਪਾਂ ਉਹ ਪੁੱਛਦੇ ਹਾਂ, ਨਾਲੇ ਮੇਰਾ ਵੀ ਜੀਪ ਦੇਖਣ ਦਾ ਜੀ ਕਰਦਾ, ਮਾੜਾ ਜਿਹਾ ਗੇੜਾ ਵੀ ਦੇ ਲਾਂਗੇ, ਕਿਉਂਕਿ ਜੀਪ ਬਹੁਤ ਇੱਥੇ ਆਪਣੇ ਹਾਂ ਕਾਮਨ ਕਹਿ ਲਓ ਵੀ ਜਿਹਦੇ ਵਿੱਚ ਆਪਣੀ ਹੁੰਦੀ ਆ, ਜੀਪ ਨਾਲ ਸ਼ੁਰੂ ਤੋਂ ਹੀ ਹੁੰਦਾ ਲੰਡੀ ਜੀਪ ਆਪਣੇ ਵਾਲੇ ਐਂ ਕਰਦੇ, ਜਦੋਂ ਸਫਾਰੀ ਸੀਗਾ ਫਿਰ ਸਫਾਰੀ ਚੱਕਤੀ ਸਾਰਿਆਂ ਨੇ, ਜਿਹਦੇ ਫਿਰ ਬਾਦ ਪੈ ਜਾਣ, ਜਿਵੇਂ ਹਰਿਆਣੇ ਵਾਲੇ ਸਕੋਰਪੀਓ ਦੇ ਬਾਦ ਪੈ ਗਏ ਸੀਗੇ, ਫਿਰ ਸਕੋਰਪੀਓ ਸਕੋਰਪੀਓ ਕੀਤੀ ਪਈ ਆ, ਬੌਕਸੀ ਆਪਣੇ ਵਾਲੇ ਨੂੰ ਵੱਧ ਵਧੀਆ ਲੱਗਦੀਆਂ ਨੇ। ਹਾਂ ਹੈ, ਹੁਣ ਰੇਂਜ ਦੇ ਪਿੱਛੇ ਸੀਗੇ, ਰੇਂਜ ਦਾ ਪੂਰਾ ਐਨ ਰੇਂਜ ਕਾਮਨ ਕਰਤੀ ਜਮਾਂ, ਜੀਪਾਂ ਤਾਂ ਆਲਰੇਡੀ ਹੈ ਨਾ ਸਾਰੇ ਲੈਂਦੇ ਹੀ ਨੇ, ਹੁਣ ਜੀ ਵੈਗਨ ਰਹਿ ਗਈ, ਬਾਕੀ ਜਿਵੇਂ ਪਹਿਲਾਂ ਚੈਲੰਜਰ ਚਾਰਜਰ ਸਟੈਂਗਰ ਵੀ ਕਾਮਨ ਨੇ, ਹੁਣ ਤਾਂ ਸਾਰੀਆਂ ਗੱਡੀਆਂ ਕਾਮਨ ਨੇ, ਹਰੇਕ ਗੱਡੀ ਦੇਖ ਜਾਂਦੇ ਆ। ਚੱਲੀ ਆਪਾਂ, ਚੱਲਦੇ ਉਹ ਆਉਂਦੀ ਆ ਜੀ ਨਵੀਂ ਜੀਪ, ਤਾੜੀਆਂ 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 ਰੁਕਣੀਆਂ ਨਹੀਂ ਚਾਹੀਦੀਆਂ, ਜੀਪ ਜੀਪ ਕੀਤੀ ਪਈ ਆ। ਆਹ ਦੇਖੋ ਆਪਾਂ ਨੂੰ ਅਟੈਕ ਕਰਨ ਦੇ ਪੂਰੇ ਮੂਡ ਦੇ ਵਿੱਚ ਆ ਇਹ। ਹੈਲੋ, ਐਕਸਕਿਊਜ਼ ਮੀ, ਕੀ ਪ੍ਰੋਬਲਮ ਹੈ? ਅਤੇ ਆਹ ਤੁਸੀਂ ਜੀਪ ਦੇਖ ਸਕਦੇ ਹੋ, ਅਤੇ ਆਹ ਮਿਲੋ, ਤੁਸੀਂ ਪਹਿਲਾਂ ਮਿਲੇ ਨਹੀਂ ਹੋਣੇ, ਇੱਧਰ ਹੈਗਾ ਆਪਣਾ ਬਾਈ ਮਨਦੀਪ, ਇਹ ਜੀ ਐੱਨ ਈ ਤੁਸੀਂ ਪੜ੍ਹਿਆ ਹੋਇਆ ਵਾ, ਜੀ ਐੱਨ ਈ ਪਾਸ ਆਊਟ ਆ, ਅਤੇ ਆਹ ਬਾਈ ਮਾਨਵ ਆ, ਅਤੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਧਾਈਆਂ ਜੀ ਨਵੀਂ ਜੀਪ ਦੀਆਂ, ਦੇਖੋ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਆ, ਕਸਟਮ ਨੰਬਰ ਪਲੇਟ ਓਬਵੀਅਸਲੀ ਹੋਣੀ ਚਾਹੀਦੀ ਸੀਗੀ, ਅਤੇ ਬਾਕੀ ਗੱਲਾਂ ਆਪਾਂ ਜੀਪ ਦੇ ਅੰਦਰ ਬਹਿ ਕੇ ਕਰਦੇ, ਕਿਉਂਕਿ ਬਾਹਰ ਠੰਡ ਆ, ਮੌਸਮ ਬਦਲ ਗਿਆ। ਸੋ ਜੀ ਬਾਹਰ ਸੀਗੀ ਬਾਹਲੀ ਠੰਡ, ਆਪਾਂ ਗੱਡੀ ਦੇ ਵਿੱਚ ਬਹਿ ਗਏ, ਹੁਣ ਆਪਾਂ ਸਾਰੇ ਸਵਾਲ ਪੁੱਛਦੇ ਹਾਂ। ਸਭ ਤੋਂ ਪਹਿਲਾ ਸਵਾਲ ਤਾਂ ਇਹ ਆ, ਇੰਟਰਵਿਊ ਹੋ ਰਹੀ ਆ ਤੁਹਾਡੀ, ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜੀਪ ਹੀ ਕਾਹਤੇ ਲਿੱਤੀ, ਹੋਰ ਗੱਡੀਆਂ ਕਿਉਂ ਨਹੀਂ, ਜਾਂ ਬਜਟ ਕਿਵੇਂ ਸੀਗਾ, ਤੁਸੀਂ ਜਿਵੇਂ 2019 ਦੇ ਵਿੱਚ ਆਏ ਹੋ, ਕਾਹਤੇ ਜੀਪ ਹੀ, ਕਾਹਤੇ ਤੁਹਾਡੀ ਫਸਟ ਪ੍ਰੈਫਰੈਂਸ ਸੀ? ਪਹਿਲੀ ਗੱਲ ਤਾਂ ਇਹ ਆ ਭਾਅ ਜੀ, ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਜੀਪਾਂ ਪਸੰਦ ਬਹੁਤ ਆ, ਅਤੇ ਇੱਦਾਂ ਹੀ ਜਦੋਂ ਮੈਂ ਇੰਡੀਆ ਸੀਗਾ ਮੈਨੂੰ ਵੀ ਜੀਪ ਬਹੁਤ ਪਸੰਦ ਸੀ, ਮੈਂ ਉੱਥੇ ਵੀ ਜਿਵੇਂ ਥਾਰ ਵਗੈਰਾ ਲੈਣੀ ਚਾਹੁੰਦਾ ਸੀ, ਬਟ ਮੇਰੇ ਘਰਦਿਆਂ ਨੇ ਕਿਹਾ ਕਿ ਨਹੀਂ, ਮੇਰੇ ਪਾਪਾ ਸਪੈਸ਼ਲੀ ਉਹ ਕਹਿੰਦੇ ਕਿ ਨਹੀਂ ਯਾਰ ਕੋਈ ਮਤਲਬ ਇੱਦਾਂ ਦੀ ਗੱਡੀ ਲੈ, ਹੈ ਨਾ ਫੈਮਿਲੀ ਕਾਰ, ਕਿਹਾ ਹੀ ਕਛਿੱਤਰ ਨਹੀਂ ਕਰ, ਛਿੱਤਰ ਤਾਂ ਨਹੀਂ ਕਦੇ ਵੀਰੇ ਜੀ, ਬਟ ਉਹਨਾਂ ਨੇ ਕਿਹਾ ਜੀ ਤਾਂ ਚਲੋ ਆਪਾਂ ਵੀ ਜੀ ਮੰਨ ਲੈਂਦੇ ਹਾਂ, ਤਾਂ ਮੈਂ ਉੱਥੇ ਨਹੀਂ ਲੈ ਪਾਇਆ, ਮਤਲਬ ਮੈਂ ਨਹੀਂ ਲਿੱਤੀ, ਬਟ ਜਦੋਂ ਮੈਂ ਇੱਥੇ ਆਇਆ ਫਿਰ ਇੱਥੇ ਮੈਂ ਇੱਥੇ ਕਾਫੀ ਜ਼ਿਆਦਾ ਹੋਰ ਕਰੇਜ਼ ਆ ਆਪਣੇ ਪੰਜਾਬੀ ਮੁੰਡਿਆਂ ਦਾ, ਅਤੇ ਇੱਥੇ ਮੈਂ ਦੇਖਿਆ ਫਿਰ ਮੈਨੂੰ ਲੱਗਿਆ ਕਿ ਮੈਂ ਇਹ ਗੱਡੀ ਲਊਂਗਾ ਕਦੇ ਨਾ ਕਦੇ। ਮੇਰੇ ਵੀ ਆੜੀਆਂ ਨੇ, ਮੇਰਾ ਮਾਸੀ ਦਾ ਮੁੰਡਾ ਗੱਗੂ, ਓਕੇ, ਮੇਰਾ ਆੜੀਆ ਮੈਕੀ, ਉਹਨਾਂ ਨੇ ਵੀ ਜੀਪ ਹੀ ਲਿੱਤੀ ਆ, ਅਤੇ ਉਰੇ ਬਹੁਤ ਜਾਣੀ ਗੋਰੀਆਂ ਬਹੁਤ ਲੈਂਦੀਆਂ ਨੇ, ਕੁੜੀਆਂ ਕੁੜੀਆਂ ਦੀ ਕਾਰ ਵੀ ਮੰਨਦੇ ਆ ਉਰੇ ਲੋਕ, ਜੀਪ ਕੁੜੀਆਂ ਬਹੁਤ ਲੈਂਦੀਆਂ, 2 ਡੋਰ ਲੈਂਦੀਆਂ ਨੇ, ਹਾਂ ਜਿਹੜੇ ਆਪਣੇ ਪੰਜਾਬੀ ਨੇ ਉਹ 4 ਡੋਰ ਅਨਲਿਮਿਟਿਡ ਐਡੀਸ਼ਨ ਲੈਂਦੇ ਨੇ। ਹਾਂ, ਅਤੇ ਇਦੋਂ ਪਹਿਲਾਂ ਕੋਈ ਹੋਰ ਸੋਚਿਆ ਸੀ ਵੀ ਕੋਈ ਹੋਰ ਗੱਡੀ ਲੈਣੀ ਆ, ਕਿ ਸਿੱਧਾ ਹੀ ਫਿਰ ਜੀਪ ਨੂੰ ਹੱਥ ਪਾ ਲਿਆ, ਕਿਉਂਕਿ ਪੇਮੈਂਟਾਂ ਪੂਮੈਂਟਾਂ ਕਰਨੀਆਂ ਵੀ ਔਖੀਆਂ ਹੋ ਜਾਂਦੀਆਂ ਨੇ ਕਈ ਵਾਰੀ? ਹਾਂਜੀ, ਇਹ ਥੋੜ੍ਹੀ ਕਿਉਂਕਿ ਐਕਸਪੈਂਸਿਵ ਤਾਂ ਹੈਗੀ ਆ, ਨੋ ਡਾਊਟ। ਪਹਿਲਾਂ ਅਸੀਂ ਸੋਚ ਰਹੇ ਸੀਗੇ ਮੈਂ ਅਤੇ ਮਾਨਵ, ਅਸੀਂ ਸੋਚ ਰਹੇ ਸੀ ਕਿ ਅਸੀਂ ਕੋਈ ਯੂਜ਼ਡ ਗੱਡੀ ਇੱਕ ਲਿਆਈਏ, ਇੱਕ ਮਾਨਵ ਕੋਲ ਆਲਰੇਡੀ ਹੈਗੀ ਸੀ, ਅਸੀਂ ਸੋਚ ਰਹੇ ਸੀ ਮੈਂ ਵੀ ਇੱਕ ਕੋਈ ਯੂਜ਼ ਲਿਆਵਾਂ, ਬਟ ਦੈਨ ਸਾਡੇ ਨੋਨਸ ਵਿੱਚ ਜੀ ਯੂਜ਼ਡ ਗੱਡੀਆਂ ਨੇ ਕਾਫੀ ਪ੍ਰੋਬਲਮ ਦਿੱਤੀ, ਤਾਂ ਫਿਰ ਅਸੀਂ ਨਵੀਂ ਵੱਲ ਸ਼ਿਫਟ ਹੋ ਗਏ, ਨਵੀਂ ਫਿਰ ਅਸੀਂ ਸੀਡੈਨ ਦੇਖਣ ਲੱਗ ਗਏ, ਕੋਈ ਬਜਟ ਬਣਾਇਆ ਉਹਦਾ, ਫਿਰ ਅਸੀਂ ਕਿਹਾ ਯਾਰ ਇੰਨੇ ਪੈਸੇ ਲਾ ਰਹੇ ਹਾਂ ਥੋੜ੍ਹੇ ਹੋਰ ਪਾ ਕੇ 10,000 SUV ਲਈਏ, ਫਿਰ ਜਦੋਂ SUV 'ਤੇ ਆ ਗਿਆ ਸਾਡਾ ਬਜਟ ਬਣ ਗਿਆ, ਫਿਰ ਅਸੀਂ ਕਿਹਾ ਹੁਣ SUV ਤਾਂ ਲੈ ਰਹੇ ਹਾਂ ਕਿਉਂ ਨਾ ਜੀਪ ਹੀ ਲਿਆਈਏ, ਕਿਉਂਕਿ ਇੱਕੋ ਮਨ 'ਚ ਵੀ ਸੀਗਾ ਦਿਮਾਗ 'ਚ ਵੀ ਸੀਗਾ ਕਿ ਆਪਾਂ ਇਹ ਚੀਜ਼ ਕਰਨੀ ਆ, ਤਾਂ ਫਿਰ ਅਸੀਂ ਜੀਪ ਲੈਣ ਦਾ ਹੀ ਪ੍ਰੋਗਰਾਮ ਬਣਾਇਆ ਜੀ। ਬਾਕੀ ਜਦੋਂ ਆਪਾਂ ਨਵੀਂ ਗੱਡੀ ਲੈਂਦੇ ਹਾਂ ਤਾਂ ਉਹ 5-6 ਸਾਲ ਬੰਦੇ ਨੂੰ ਐਨ ਹੋ ਜਾਂਦਾ ਵੀ ਹੁਣ ਇਹਨੇ ਕੋਈ ਪੈਸਾ ਨਹੀਂ ਲਵਾਉਣਾ ਹੈਗਾ, ਨਹੀਂ ਜੇ ਆਪਾਂ ਕਈ ਵਾਰ ਪੁਰਾਣੀ ਗੱਡੀ ਲੈ ਲਈਏ, ਜਿਵੇਂ ਸਾਡਾ ਵੀ ਇੱਕ ਫਰੈਂਡ ਹੈ ਨਾ ਰਵੀ, ਉਹਨੇ ਆਡੀ 5 ਸਾਲ ਰੱਖੀ, 5ਵੇਂ ਸਾਲ ਉਹ ਬਦਲ ਦਿੰਦਾ, ਉਹ ਕਹਿੰਦਾ ਵੀ ਇਹ 5 ਸਾਲਾਂ ਬਾਅਦ ਇੰਜਨ ਦੀ ਕੋਈ ਵਾਰੰਟੀ ਨਹੀਂ ਹੁੰਦੀ ਹੈਗੀ ਕੰਪਨੀ ਵੱਲੋਂ, ਸ਼ੀਸ਼ਿਆਂ 'ਤੇ ਧੁੰਦ ਹੋਣ ਲੱਗ ਗਈ। ਅਤੇ ਹੁਣ ਆਪਾਂ ਵੱਧਦੇ ਹਾਂ ਪ੍ਰਾਈਸ ਵਾਲੀ, ਕਿਉਂਕਿ ਜਿਹੜੇ ਹੋਰ ਵੀ ਜਿਨ੍ਹਾਂ ਨੇ ਜੀਪ ਲੈਣੀ ਆ, ਸਭ ਤੋਂ ਪਹਿਲਾਂ ਤਾਂ ਮਾਡਲ ਦੱਸ ਦਿਓ ਵੀ ਇਹ ਕਿਹੜਾ ਵਾ। ਇਹ ਹੈਗਾ ਜੀ 2021 ਜੀਪ ਰੈਂਗਲਰ ਅਨਲਿਮਿਟਿਡ ਵਿਲੀ, ਵਿਲੀ ਮਾਡਲ ਆ, ਅਤੇ ਇਹਦੀ ਤੁਹਾਨੂੰ ਟੋਟਲ ਕੋਸਟ ਕਿੰਨੀ ਪਈ ਆ, ਅਤੇ ਤੁਸੀਂ ਕੀ ਅਪਗ੍ਰੇਡ ਕਰਾਇਆ? ਇਹਦਾ ਜਿਹੜਾ ਵੈਸੇ ਬੇਸ ਪ੍ਰਾਈਜ਼ ਹੈ ਜੀ ਉਹ ਹੈਗਾ ਏ 45,000 ਦੇ ਅਰਾਊਂਡ, 45,000 ਦੇ ਆਸ ਪਾਸ, 44 ਸਮਥਿੰਗ, ਅਤੇ ਉਹ ਤੋਂ ਬਾਅਦ ਤੁਸੀਂ ਜਿੰਨੇ ਵੀ ਅਪਗ੍ਰੇਡਸ ਲੈਂਦੇ ਹੋ, ਜਿਵੇਂ ਕਿ ਤੁਸੀਂ ਹੀਟਡ ਸੀਟਸ ਲੈ ਲਈਆਂ, ਹੀਟਡ ਸਟੀਅਰਿੰਗ ਲੈ ਲਿਆ, ਫਿਰ ਤੁਸੀਂ ਮਿਊਜ਼ਿਕ ਸਿਸਟਮ ਇਹਦੇ ਵਿੱਚ ਜਿਹੜਾ ਬੇਸਿਕ ਆਉਂਦਾ ਉਹਨੂੰ ਅਪਗ੍ਰੇਡ ਕਰਵਾ ਲਿਆ, ਪਿੱਛੇ ਬੂਫਰ ਲੱਗਿਆ ਉਹ ਚੀਜ਼ਾਂ ਐਡ ਕਰਵਾ ਲਈਆਂ, ਦੈਨ ਇੱਕ ਹੋਰ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਹੁਣੇ ਰੀਸੈਂਟਲੀ ਇੱਕ ਅਪਗ੍ਰੇਡ, ਉਹ ਜਿਹੜਾ ਪਿੱਛੇ RV ਜੋੜਨ ਵਾਲਾ ਉਹ ਕਰਵਾ ਲਿਆ, ਇੱਦਾਂ ਦੇ ਅਪਗ੍ਰੇਡਸ ਕਰਵਾ ਕੇ ਤੁਸੀਂ ਨੀਅਰ ਅਬਾਊਟ 8,000-10,000 ਦੇ ਅਪਗ੍ਰੇਡਸ ਕਰਵਾ ਲੈਂਦੇ ਹੋ,
ਉਸ ਤੋਂ ਬਾਅਦ 55 ਕੁ ਦੇ ਆਸ ਪਾਸ ਪੈ ਜਾਂਦੀ ਆ। ਅਤੇ ਜੇ ਉਹ ਤੋਂ ਬਾਅਦ ਡੀਲਰਸ਼ਿਪ ਵਾਲੇ ਤੁਹਾਨੂੰ ਇੱਕ ਇਹ ਵੀ ਔਫਰ ਕਰਦੇ ਐਕਸਟੈਂਡਡ ਵਾਰੰਟੀ ਵਾਲੀ ਚੀਜ਼, ਉਹ ਬਹੁਤ ਵਧੀਆ। ਉਹ ਕੁਛ ਲੋਕ ਨਹੀਂ ਲੈਂਦੇ, ਬਟ ਸਾਨੂੰ ਬਹੁਤ ਵਧੀਆ ਡੀਲ ਮਿਲ ਰਹੀ ਸੀ ਤਾਂ ਅਸੀਂ ਉਹ ਲਿੱਤੀ ਹੈ। ਤਾਂ ਕੁੱਲ ਮਿਲਾ ਕੇ ਤੁਹਾਨੂੰ ਕਿੰਨੇ 'ਚ ਪਈ? 58 ਸਾਨੂੰ ਇਹ 58 ਦੀ ਪੈ ਗਈ। 58 'ਚ ਜੇ ਉਹ ਕਿਸੇ ਨੇ ਅਪਗ੍ਰੇਡ ਨਾ ਕਰਾਉਣੀ ਹੋਵੇ, ਕੁਛ ਵੀ ਨਾ ਕਰਾਉਣੀ ਹੋਵੇ ਵਿਦ ਟੈਕਸਿਸ, ਉਹਨੂੰ ਕਿੰਨੇ ਕੁ ਦੀ ਪਊਗੀ? ਵਿਦ ਟੈਕਸਿਸ ਉਹਨੂੰ 50 ਤਾਂ ਮੰਨ ਕੇ ਚੱਲੋ, ਮਿਨੀਮਮ 50-52 ਇੰਨੀ ਤਾਂ ਪੈ ਜਾਂਦੀ। ਜਿਵੇਂ ਹੁਣ ਤੈਨੂੰ ਵੀ ਕੈਨੇਡਾ ਦੇ ਵਿੱਚ ਆਏ, ਲਾਈਕ ਬਾਹਲਾ ਕੋਈ ਬਾਹਲਾ ਟਾਈਮ ਨਹੀਂ ਹੋਇਆ ਹੈਗਾ, ਅਤੇ ਉਰੇ ਜਿਹੜੀ ਵੀ ਚੀਜ਼ ਆਪਾਂ ਚੱਕਣੀ ਆ ਹੈ ਨਾ, ਡੀਲਰਸ਼ਿਪ ਵਾਲੇ ਕਈ ਵਾਰ ਆਪਾਂ ਨੂੰ ਕਿਵੇਂ ਨਾ ਕਿਵੇਂ ਸਕੀਮ ਪਾ ਦਿੰਦਾ, ਜਾਂ ਕਹਿ ਲਓ ਵੀ ਆਪਣੀ ਉਹਨਾਂ ਦੀਆਂ ਸਰਵਿਸਿਜ਼ ਉਹ ਹਾਈ ਚਾਰਜ ਕਰਦੇ ਆ ਕਿਉਂਕਿ ਤੁਹਾਡੀ ਕ੍ਰੈਡਿਟ ਹਿਸਟਰੀ ਨਹੀਂ ਹੁੰਦੀ ਹੈਗੀ। ਅਤੇ ਹੈ ਨਾ, ਕਈ ਵਾਰ ਮੇਰੀ ਇੱਕ ਫਰੈਂਡ ਦੇ ਵਿੱਚ ਆਇਆ ਸੀ ਵੀ ਉਹਨੇ ਕਿਸੇ ਨੂੰ ਕੋ ਸਾਈਨੀ ਪਵਾ ਲਿਆ ਸੀ, ਫਿਰ ਜਿਹੜਾ ਕੋ ਸਾਈਨੀ ਬੰਦਾ ਆਪ ਕੇਰਾਂ ਤਾਂ ਸਾਈਨ ਕਰ ਦਿੰਦਾ, ਮੁੜ ਕੇ ਉਹਨੂੰ ਦਿੱਕਤ ਬਹੁਤ ਹੁੰਦੀ ਆ ਫਿਊਚਰ ਦੇ ਵਿੱਚ, ਜਿਵੇਂ ਉਹਨੇ ਮੌਰਗੇਜ ਲੈਣ ਜਾਣਾ, ਬੈਂਕ ਕਹਿੰਦੇ ਆ ਬਈ ਤੇਰਾ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਤੇਰੇ ਪੈਸੇ ਦੇਣੇ ਆ, ਜਿਹਦੀ ਉਹ ਪੇਮੈਂਟ ਹੋਈ ਫੇਰ ਤੇਰਾ ਉਹ ਲਾਈਕ ਮੌਰਗੇਜ ਵਜੋਂ ਵੀ ਇਹ ਚੀਜ਼ ਹੋਈ ਹੈ ਜੀ। ਡੀਲਰਸ਼ਿਪ ਵਾਲੇ ਕਰਦੇ ਨੇ ਤੰਗ, ਉਹ ਕੀ ਕਰਦੇ ਜੀ, ਉਹ ਨਾ ਆਪਣਾ ਕੰਮ ਈਜ਼ੀ ਕਰਨ ਲਈ ਕਿ ਉਹਨਾਂ ਦਾ ਉਹ ਈਜ਼ੀਲੀ ਲੋਨ ਅਪਰੂਵ ਕਰਾ ਸਕਣ ਬੈਂਕ ਤੋਂ, ਉਹ ਕੀ ਕਰਦੇ, ਉਹ ਤੁਹਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕਿਸੇ ਨੂੰ ਕੋ ਸਾਈਨ ਹੀ ਪਾ ਲਓ। ਤਾਂ ਉਹਦੇ ਨਾਲ ਕੀ ਹੁੰਦਾ, ਮੰਨ ਲਓ ਕੋਈ ਬੰਦਾ ਮੇਰੇ ਨਾਲ ਕੋ ਸਾਈਨ ਹੀ ਪੈ ਰਿਹਾ, ਤਾਂ ਦੋ ਬੰਦਿਆਂ ਦੀ ਕ੍ਰੈਡਿਟ ਹਿਸਟਰੀ ਜੁੜ ਗਈ, ਤਾਂ ਉਹ ਈਜ਼ੀਲੀ ਅਪਰੂਵ ਹੋ ਜਾਂਦਾ ਲੋਨ। ਅਤੇ ਉਹ ਆਪਣਾ ਕੰਮ ਈਜ਼ੀ ਕਰਨਾ ਚਾਹੁੰਦੇ, ਉਹ 'ਚ ਤੁਹਾਡਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਬੇਸਿਕ ਜਿਵੇਂ ਤੁਸੀਂ ਦੱਸ ਰਹੇ ਹੋ ਜਿਹਨੂੰ ਤੁਸੀਂ ਕੋ ਸਾਈਨ ਹੀ ਪਾਉਂਦੇ ਹੋ, ਉਹਦੇ ਨਾਲ ਉਹਦੀ ਪਹਿਲੀ ਗੱਲ ਤਾਂ ਉਹਦੀ ਖੁਦ ਵੀ ਆਪਣੀ ਲਾਇਬਿਲਿਟੀਜ਼ ਹੁੰਦੀਆਂ, ਅਗਲੇ ਨੇ ਆਪਣੀ ਗੱਡੀ ਲਈ ਹੁੰਦੀ ਆ, ਕਈਆਂ ਨੇ ਆਪਣੇ ਘਰ ਲਏ ਹੁੰਦੇ ਆ, ਜਾਂ ਜਿਹਨੇ ਨਹੀਂ ਲਿਆ ਹੁੰਦਾ ਉਹਨੇ ਲੈਣਾ ਹੁੰਦਾ ਜੀ, ਅਤੇ ਜਦੋਂ ਲੈਣ ਜਾਂਦਾ ਫਿਰ ਉਹਨੂੰ ਪ੍ਰੋਬਲਮਸ ਆਉਂਦੀਆਂ। ਤਾਂ ਮੈਨੂੰ ਇੱਦਾਂ ਲੱਗਦਾ ਕਿ ਉਹ ਤੁਹਾਨੂੰ ਗੁੰਮਰਾਹ ਕਰਦੇ ਆ ਇੱਕ ਤਰ੍ਹਾਂ ਨਾਲ, ਤਾਂ ਕਿ ਉਹ ਆਪਣਾ ਕੰਮ ਈਜ਼ੀ ਕਰ ਲੈਣ, ਬਟ ਤੁਹਾਡਾ ਕੱਲਿਆਂ ਦਾ ਵੀ ਓਬਵੀਅਸਲੀ ਲੋਨ ਹਰ ਤਰ੍ਹਾਂ ਦਾ ਅਪਰੂਵ ਹੋ ਜਾਂਦਾ, ਅਪਰੂਵ ਹੋ ਗਿਆ ਤੇਰਾ। ਹਾਂਜੀ, ਅਤੇ ਮੈਂ ਤੁਹਾਨੂੰ ਜਿਹੜੇ ਨਵੇਂ ਮੁੰਡੇ ਆਉਂਦੇ ਇਹ ਜੀ ਸਲਾਹ ਦੇਣਾ ਚਾਹੁੰਦਾ ਵਾ ਵੀ ਐਂ ਨਾ ਹੈਗਾ ਵੀ ਸੋਚ ਸਮਝ ਕੇ ਜਿਹੜਾ ਵੀ ਸਟੈਪ ਲੈਣਾ ਵਾ ਤੁਸੀਂ ਹੈ ਨਾ ਉਹਦਾ ਲੈਣਾ ਵਾ, ਐਂ ਨਹੀਂ ਹੈਗਾ ਵੀ ਕਿਸੇ ਦਾ ਵੀ ਕੋ ਸਾਈਨ ਨਹੀਂ ਬਣ ਜਾਊ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਦਾ ਵੀ ਜਿਵੇਂ ਚੱਲ ਆਪਾਂ ਕੋਈ ਨਾ ਮੇਰੇ ਆੜੀ ਨੇ ਜੀਪ ਲੈਣੀ ਆ, ਮੈਂ ਵੀ ਨਾਲ ਨਾ ਪਵਾ ਦਿੰਦਾ ਵਾ, ਪਰ ਇਨ ਫਿਊਚਰ ਦੇ ਵਿੱਚ ਤੁਹਾਨੂੰ ਬਹੁਤ ਪੰਗੇ ਪੈਂਦੇ ਆ। ਪਰ ਇੱਦਾਂ ਵੀ ਹੁਣ ਜੇ ਤੁਹਾਡਾ ਭਾਈ ਆ ਜਾਂ ਕਿਸੇ ਨਾਲ ਕੋ ਸਾਈਨ ਨਹੀਂ ਬਣਨਾ ਵੀ ਪੈਂਦਾ ਵਾ ਕਿਤੇ ਹੈ ਨਾ, ਕਿਸੇ ਦੀ ਮਦਦ ਕਰਨੀ ਵੀ ਪੈਂਦੀ ਆ, ਪਰ ਇਹ ਬਹੁਤ ਹੀ ਯਾਨੀ ਸੋਚ ਕੇ ਵਾਲਾ ਫੈਸਲਾ ਵਾ। ਮੁੜ ਕੇ ਆਇਆ ਹੁੰਦਾ ਵਾ ਵੀ ਉਹ ਬੰਦੇ ਦੀ ਗੱਡੀ ਦੇ ਉੱਤੇ 60,000 ਦਾ ਲੋਨ ਹੁੰਦਾ ਵਾ, ਅਤੇ ਤੁਸੀਂ ਉਹਦੇ ਕੋ ਸਾਈਨ ਹੀ ਹੋ, ਉਹ ਆਪਣੀਆਂ ਕਿਸ਼ਤਾਂ ਨਹੀਂ ਪੇ ਕਰ ਰਿਹਾ, ਫਿਰ ਤੁਹਾਡੀ ਲਾਇਬਿਲਿਟੀ ਆ ਜਾਂਦੀ ਆ, ਅਤੇ ਉਦੋਂ ਬਾਅਦ ਤੁਸੀਂ ਘਰ ਲੈਣ ਗਏ ਮੌਰਗੇਜ ਲੈਣ ਗਏ ਬੈਂਕ ਤੋਂ, ਕਹਿੰਦੇ ਪਹਿਲਾਂ ਉਹ 60,000 ਭਰੋ ਜਾਂ ਉਹਦੇ ਵਿੱਚੋਂ ਆਪਣਾ ਨਾਮ ਕਟਵਾਓ, ਨਾ ਨਾਮ ਤੁਸੀਂ ਕਟਵਾ ਨਹੀਂ ਸਕਦੇ ਜਦੋਂ ਤੱਕ ਪੇਮੈਂਟ ਪੂਰੀ ਨਹੀਂ ਹੁੰਦੀ ਹੈਗੀ। ਸੋ ਇਹ ਚੀਜ਼ਾਂ ਥੋੜ੍ਹੀਆਂ ਸੋਚ ਸਮਝ ਕੇ ਕਰਨੇ ਵਾਲੀਆਂ ਹੁੰਦੀਆਂ ਨੇ, ਤੁਹਾਡੀ ਆਪਣੀ ਕ੍ਰੈਡਿਟ ਹਿਸਟਰੀ ਖਰਾਬ ਹੋ ਜਾਂਦੀ ਹੈ ਬੇਸਿਕਲੀ ਇੱਦਾਂ ਦੇ ਕੰਮਾਂ 'ਚ। ਹਾਂ ਬਿਲਕੁਲ। ਅਤੇ ਹੁਣ ਜਿਹੜਾ ਨੈਕਸਟ ਮੇਨ ਸਵਾਲ ਆ ਉਹ ਆ ਵੀ ਕਾਰ ਦੀ ਕਿਸ਼ਤ ਕਿੰਨੀ ਕੁ ਆਉਂਦੀ ਆ, ਅਤੇ ਤੁਹਾਡੀ ਆਪਣੀ ਇੰਸ਼ੋਰੈਂਸ ਕਿੰਨੀ ਕੁ ਆਉਂਦੀ ਆ, ਅਤੇ ਇਹਦੀ ਐਵਰੇਜ ਹਾਲੇ ਤੱਕ ਕਿੰਨੀ ਕੁ ਕੱਢ ਰਹੇ ਹੋ ਤੁਸੀਂ? ਐਵਰੇਜ ਪਹਿਲਾਂ ਮੈਂ ਗੱਲ ਕਰਦਾ ਜੀ ਉਹਦੀ ਕਿਸ਼ਤ ਦੀ, ਕਿਸ਼ਤ ਦੀ ਆਪਾਂ ਗੱਲ ਕਰੀਏ ਤਾਂ ਇਹਦੀ ਅਲੱਗ ਅਲੱਗ ਰੇਂਜ ਹੋ ਜਾਂਦੀ, ਕਿਉਂਕਿ ਇਹ ਡਿਪੈਂਡ ਕਰਦਾ ਤੁਸੀਂ ਕਿੰਨੀ ਕੁ ਡਾਊਨ ਪੇਮੈਂਟ ਦਿੰਦੇ ਹੋ, ਫਿਰ ਕਿੰਨੇ ਸਾਲ ਦੀ ਟਰਮ ਕਰਾਉਂਦੇ ਹੋ। ਤਾਂ ਜੇ ਆਪਾਂ ਸਾਰਾ ਕੁਛ ਆਪਾਂ ਉਹ ਰੱਖੀਏ ਜਿਹੜਾ ਸਟੈਂਡਰਡ ਰੱਖੀਏ, ਤਾਂ ਉਹਦੇ ਹਿਸਾਬ ਨਾਲ ਕਿਸ਼ਤ ਬਣ ਜਾਂਦੀ ਹੈ ਜੀ ਮੰਥਲੀ 600 ਤੋਂ ਲੈ ਕੇ 700 ਦੇ ਵਿੱਚ ਵਿੱਚ, ਅਤੇ ਮਿਨੀਮਮ 600 ਤਾਂ ਬਣ ਹੀ ਜਾਂਦੀ ਹੈ। ਅਤੇ ਇੰਸ਼ੋਰੈਂਸ ਫਿਰ ਉਹ ਅਗੇਨ ਤੁਹਾਡੇ ਏਰੀਆ 'ਤੇ ਡਿਪੈਂਡ ਕਰਦਾ, ਜਿਵੇਂ ਮੇਰੀ ਬ੍ਰੈਂਪਟਨ ਦੀ ਆ ਤਾਂ ਮੇਰੀ ਬ੍ਰੈਂਪਟਨ ਦੀ 450 ਦੇ ਆਸ ਪਾਸ ਹੈ, ਤਾਂ ਤੁਸੀਂ ਇਹ ਕਹਿ ਲਓ ਕਿ ਮੇਰਾ ਮੋਟਾ ਮੋਟਾ ਇੰਸ਼ੋਰੈਂਸ ਪਲੱਸ ਕਿਸ਼ਤ 1,000 ਪਲੱਸ ਗੈਸ ਮਨੀ ਉੱਤੋਂ ਪਲੱਸ ਗੈਸ ਮਨੀ ਕਾਫੀ ਹੋ ਜਾਂਦਾ ਵਾ। ਹਾਂਜੀ ਹੈਗਾ ਜੀ, ਖਰਚਾ ਤਾਂ ਹੈਗਾ, ਤਾਂ ਹੀ ਡੈਡੀ ਰੋਕਦਾ ਸੀ, ਪਰ ਚੀਜ਼ ਵੀ ਘੈਂਟ ਆ। ਤੇਰਾ ਇੰਜਣ ਦੱਸ ਦੇ ਕਿਹੜਾ ਵਾ ਇਹਦੇ ਵਿੱਚ? ਇੰਜਣ ਇਹਦੇ ਵਿੱਚ ਦੋ ਆਉਂਦੇ ਨੇ, ਇੱਕ ਤਾਂ 2.2 ਲੀਟਰ ਆਉਂਦਾ ਵਿਦ ਟਰਬੋ, ਅਤੇ ਇੱਕ ਆਉਂਦਾ 3.5 ਲੀਟਰ ਵਿਦ, ਉਹ ਉਹਦੇ ਵਿੱਚ ਟਰਬੋ ਨਹੀਂ ਹੁੰਦਾ, ਇਹ V6 ਹੁੰਦਾ ਜੀ। ਅਤੇ ਇਹ ਆਪਾਂ V6 ਲਿਆ, ਬਸ ਇਹ ਜ਼ਿਆਦਾ ਟੈਕਨੀਕਲ ਚਲੀ ਗਏ ਸੀਗੇ। ਐਵਰੇਜ ਆਪਣੀ ਕਿੰਨੀ ਕੱਢੀ ਹਾਲੇ ਦੇਖੀ ਹੋ ਰਹੀ ਹੈ? ਐਵਰੇਜ ਕਿੰਨੀ? ਐਵਰੇਜ ਮੈਂ ਤੁਹਾਨੂੰ ਦੱਸਾਂ, ਹਲੇ ਤਾਂ ਹੋਣੀ ਆ ਨਾ, ਬਹੁਤ ਘੱਟ ਹੋਣੀ ਆ ਕਿ ਨਹੀਂ? ਹਜੇ ਤਾਂ ਘੱਟ ਹੈ ਜੀ, ਕਿਉਂਕਿ ਥੋੜਾ ਜਿਹਾ ਵੈਸੇ ਵੀ ਸਿਟੀ ਦੇ ਵਿੱਚ ਜ਼ਿਆਦਾ ਘੱਟ ਹੀ ਰਹਿੰਦੀ ਆ। ਇਹ ਰਹੀ 13.6 ਲੀਟਰ ਪਰ 100 ਕਿਲੋਮੀਟਰ। ਹਾਂ ਇਹ ਐਵਰੇਜ ਨਹੀਂ ਹੈ, ਇਹ ਹੋਰ ਹਿਸਾਬ ਆ, ਇਹ ਪਰ 100 ਕਿਲੋਮੀਟਰ ਵੇਟ ਕਰਨਾ ਪੈਣਾ। ਹਾਂ 13 ਨੂੰ 100 ਨਾ ਕਰ ਦਿਓ, ਇਹ ਤੁਸੀਂ ਕਹਿ ਲਓ ਕਿ 8 ਦੀ ਐਵਰੇਜ, 7.5-8 ਦੀ ਐਵਰੇਜ। ਸੋ ਮੇਰੇ ਵਾਲੀ ਗੱਡੀ ਤੋਂ ਘੱਟ ਐਵਰੇਜ ਆ ਥੋੜੀ ਜੀ। ਹਾਂਜੀ, ਥੋੜਾ ਇੰਜਣ ਵੀ ਵੱਡਾ ਹੈ। ਹਾਂ ਤੇ ਉਹ ਦੇਖੋ ਤੁਹਾਨੂੰ ਇੱਧਰ ਕੋਈ ਗੱਡੀ ਖੜੀ ਨਹੀਂ ਦਿਖ ਰਹੀ, ਕਿਉਂਕਿ ਮਸਟੈਂਗ ਥੱਲੇ ਖੜੀ ਆ, ਕਿਉਂਕਿ ਆਪਾਂ ਹੁਣ ਬਹੁਤ ਉੱਚੀ ਗੱਡੀ ਦੇ ਵਿੱਚ ਬੈਠੇ ਹਾਂ। ਕਾਫੀ ਫਰਕ ਜਿਹਾ ਲੱਗਦਾ ਵਾ ਜਦੋਂ ਤੁਸੀਂ ਉੱਚੀ ਗੱਡੀ ਦੇ ਵਿੱਚ ਬਹਿੰਦੇ ਹੋ, ਅਤੇ ਪਲੱਸ ਇਹਦਾ ਗੱਡੀ ਦਾ ਆਪਾਂ ਸਾਰਾ ਟੈਕਨੀਕਲ ਰਿਵਿਊ ਟੈਕ ਮਨਿੰਦਰ ਚੈਨਲ ਦੇ ਉੱਤੇ ਬਣਾਵਾਂਗੇ। ਪ੍ਰੋਬੇਬਲੀ ਨੈਕਸਟ ਵੀਕ ਆਪਾਂ
ਇਹਦਾ ਬਣਾ ਦਾਂਗੇ ਕਿਉਂਕਿ ਹਾਲੇ ਮੈਨੂੰ ਪਤਾ ਵੀ ਨਹੀਂ ਸੀ ਵੀ ਕਿਹੜੀ ਕਿਹੜੀ ਅਪਗ੍ਰੇਡ ਆ ਗੱਡੀ ਦੇ ਵਿੱਚ ਸਾਰਾ ਕੁਛ, ਫਿਰ ਆਪਾਂ ਉਹਦੇ ਉੱਤੇ ਬਣਾਵਾਂਗੇ, ਸੋ ਉਹ ਵੀ ਜ਼ਰੂਰ ਦੇਖਿਓ। ਜੀਪ ਦੇ ਇੰਟੀਰੀਅਰ ਦੀ ਆਪਾਂ ਤੁਹਾਨੂੰ ਵੈਸੇ ਦਿਖਾ ਦਿੰਦੇ ਹਾਂ ਇੱਕ ਲੁੱਕ, ਹੈ ਨਾ, ਬਾਕੀ ਤੁਹਾਨੂੰ ਸਾਰਾ ਦੱਸਾਂਗੇ। ਆਹ ਦੇਖੋ ਨਵੀਂ ਗੱਡੀ ਆ, ਤਾਰਾਂ ਜਿਹੀਆਂ ਪਾਈ ਫਿਰਦਾ ਇਹ, ਤਾਰਾਂ ਕਾਹਦੀਆਂ ਨੇ, ਕਾਹਦੀਆਂ ਤਾਰਾਂ ਨੇ, ਉਹ ਆ ਕਿੱਧਰ ਵਾਕਿਆ, ਇਹ ਡੈਸ਼ ਕੈਮ ਦੀਆਂ ਨੇ। ਡੈਸ਼ ਕੈਮ ਕਾਹਤੇ ਲਵਾ ਲਿਆ ਹੁਣੀ ਜੀਪ 'ਚ? ਡੈਸ਼ ਕੈਮ ਭਾਅ ਜੀ ਤੁਹਾਨੂੰ ਪਤਾ ਆਪਾਂ ਬਰੈਂਪਟਨ 'ਚ ਰਹਿੰਦੇ ਹਾਂ, ਤੇ ਜਿਵੇਂ ਬਾਸੀ ਸਾਹਿਬ ਵੀ ਕਹਿੰਦੇ ਹੁੰਦੇ ਵੀ ਇੱਥੇ ਉਹ ਹੈਲਮਟ ਪਾ ਕੇ ਆਓ, ਹੈ ਨਾ, ਤੇ ਬੁਲਟ ਪਰੂਫ ਜੈਕਟ ਪਾ ਕੇ ਆਓ, ਤਾਂ ਉਹ ਚੀਜ਼ਾਂ ਤਾਂ ਆਪਾਂ ਕਰ ਨਹੀਂ ਸਕਦੇ ਜੀ, ਪਰ ਆਪਾਂ ਡੈਸ਼ ਕੈਮ ਜ਼ਰੂਰ ਲਵਾਉਣਾ ਚਾਹੀਦਾ ਮੈਨੂੰ ਲੱਗਦਾ ਸਭ ਨੂੰ। ਕਮਾਨ ਬੇਬੀ, ਇਹ ਤਾਰਾਂ ਇਹ ਆਪਾਂ ਫਿਕਸ ਕਰਨਾ, ਇਹ ਅੰਦਰੋਂ ਦੀ ਪੈਂਦੀ ਹੈ ਜੀ, ਵੈਸੇ ਇਹ 'ਚ ਜਗ੍ਹਾ ਬਣੀ ਹੋਈ ਆ, ਇਹ ਫੋਰ ਨਾ ਉਹ ਆਪਾਂ ਇੱਦਾਂ ਹੀ ਲਾਈ। ਜੀਪ ਦੀ ਘੈਂਟ ਚੀਜ਼ ਆ, ਆਹ ਚੀਜ਼ਾਂ ਵੀ ਲੈ ਜਾਣੀਆਂ ਨੇ, ਉਹ ਵੀ ਲੈ ਜਾਣੀਆਂ, ਡੋਰ ਲੈ ਜਾਣੀਆਂ, ਡੋਰ ਵੀ ਲੈਣੇ, ਆਹ ਵੀ ਆਈ ਥਿੰਕ ਆਹ ਉੱਤੇ ਬਣੀ ਹੋਈ ਹੈ ਜਗ੍ਹਾ, ਇਹ ਫੋਲਡ ਹੋ ਜਾਂਦੀ ਹੈ ਜੀ ਅੱਗੇ, ਇਹ ਵੀ ਫੋਲਡ ਹੋ ਜਾਂਦੀ ਆ। ਮੈਨੂੰ ਵੈਸੇ ਆਹ ਇਹਦਾ ਸ਼ੀਸ਼ਾ ਥੋੜਾ ਛੋਟਾ ਲੱਗਿਆ, ਸ਼ੀਸ਼ਾ ਤਾਂ ਥੋੜਾ ਛੋਟਾ ਹੈ, ਇਹ ਇਸ ਕਰਕੇ ਛੋਟਾ ਮੈਨੂੰ ਲੱਗਦਾ ਰੱਖਿਆ ਕਿਉਂਕਿ ਇਹ ਨਾ ਉਧਰ ਨੂੰ ਬਾਹਰ ਨੂੰ ਫੋਲਡ ਹੋ ਜਾਂਦਾ ਜੀ, ਜਦੋਂ ਤੁਸੀਂ ਆਫ ਰੋਡਿੰਗ ਵੇਲੇ ਜਾਣਾ ਨਾ, ਛੱਤ ਛੁੱਤ ਲਾ ਦੇਣੀ ਆ, ਤਾਂ ਇਹ ਬਾਹਰ ਨੂੰ ਫੋਲਡ ਹੋਣਾ, ਫਿਰ ਜਿੰਨਾ ਛੋਟਾ ਰਹੂਗਾ ਉਨਾ ਸੌਖਾ ਹੋ ਜੂਗਾ। ਤੇ ਪਿੱਛੇ ਦੇਖੋ ਹੈਡਰੂਮ ਹੂਡਰੂਮ ਪੂਰਾ ਹੈ ਨਾ, ਇਹ 'ਚ ਤਾਂ ਹੈਡਰੂਮ ਦਾ ਕੋਈ ਚੱਕਰ ਨਹੀਂ ਹੈਗਾ। ਮਾਨਵ ਭਾਈ ਤੁਸੀਂ ਆਪਣੀ ਕੁਛ ਇਨਪੁਟ ਦੇਣੇ ਚਾਹੇਂਗੇ? ਨਹੀਂ ਜੀ, ਮੈਂ ਤੁਸੀਂ ਟਰੰਕ ਤਾਂ ਦੇ ਦੋ, ਟਰੰਕ ਤੁਸੀਂ ਐਂ ਕਹਦੋ ਜੀਪ ਜੀਪ ਕੀਤੀ ਪਈ ਆ। ਸੋ ਲਓ ਜੀ, ਆਹ ਸਾਈਡ ਬਾਈ ਸਾਈਡ ਖੜੀਆਂ ਨੇ 2017 ਮਸਟੈਂਗ ਅਤੇ ਜੀਪ, ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ, ਪਰ ਆਪਣੇ ਪੈਸਿਆਂ ਦੀ। ਬਾਕੀ ਸਾਰੇ ਕੁਸ਼ਚਨ ਤਾਂ ਆਪਾਂ ਪੁੱਛ ਲਏ, ਇਹ ਰਹਿ ਗਿਆ ਵੀ ਜੀਪ ਲਈ ਕਾਹਦੇ ਵਾਸਤੇ ਆ, ਕਿਹਦੇ ਕਰਕੇ ਜੀਪ ਲਈ ਆ, ਇਹ ਨਹੀਂ ਦੱਸਿਆ, ਇਹ ਪੁਆਇੰਟ ਹੈ ਨਾ ਵਿੱਚ ਹੀ ਰਹਿ ਗਿਆ, ਆਪਣੀ ਸੁੱਖ ਸ਼ਾਂਤੀ ਲਈ ਲਈ ਹੈ, ਇਹ ਕਿਸੇ ਲਈ ਨਹੀਂ ਲਈ, ਨਹੀਂ ਨਹੀਂ ਇਹ ਚੀਜ਼ ਮਾਨਵ ਦੱਸ ਸਕਦਾ, ਪਰ ਮਾਨਵ ਰੂਟਸ ਪਾਈ ਫਿਰਦਾ, ਜੜਾਂ ਨਾਲ ਜੁੜਿਆ ਹੋਇਆ ਬੰਦਾ ਦੱਸ ਨਹੀਂ ਰਿਹਾ ਹੈਗਾ। ਅਤੇ ਨਹੀਂ, ਬਹੁਤ ਸੋਹਣੀ ਲੱਗਦੀ ਆ ਜੀਪ ਦਾ, ਆਪਾਂ ਤੁਹਾਨੂੰ ਪੂਰਾ ਗੇੜਾ ਦੇ ਦਿੰਦੇ ਹਾਂ। ਬਾਕੀ ਇਹ ਹੁੰਦੀ ਤਾਂ ਇੱਕ ਤਰੀਕੇ ਦੀ ਕਹਿ ਲਓ ਵੀ ਪ੍ਰੋਪਰ ਫੈਮਿਲੀ ਕਾਰ ਨਹੀਂ ਹੈਗੀ, ਕਿਉਂਕਿ ਮੁੰਡਿਆਂ ਖੁੰਡਿਆਂ ਵਾਲੀ ਕਾਰ ਆ ਕਹਿ ਲਓ ਵੀ, ਹੈ ਨਾ। ਬਾਕੀ ਜੀਪ ਦੀ ਇੱਕ ਘੈਂਟ ਗੱਲ ਹੁੰਦੀ ਆ ਵੀ ਜਦੋਂ ਵੀ ਜੀਪ ਚਲਾਉਂਦੇ ਹੋ, ਇਟਸ ਆ ਜੀਪ ਥਿੰਗ, ਤੁਸੀਂ ਸੁਣਿਆ ਹੋਣਾ ਉਹ ਡਾਇਲੋਗ ਆ, ਉਰੇ ਬਰੈਂਪਟਨ ਦੇ ਵਿੱਚ ਜਿਹੜੇ ਵੀ ਹੈ ਨਾ, ਕੋਈ ਵੀ ਕਿਸੇ ਵੀ ਕੰਟਰੀ ਦੇ ਵਿੱਚ ਜਿਹਦੇ ਕੋਲ ਜੀਪ ਹੁੰਦੀ ਆ ਅਤੇ ਮੂਹਰੇ ਜੀਪ ਆ ਜਾਵੇ, ਇੱਕ ਦੂਜੇ ਨੂੰ ਹੱਥ ਖੜਾ ਕਰਦੇ ਆ, ਵੇਵ ਕਰਦੇ ਆ। ਅਤੇ ਹੋਰ ਕੋਈ ਸੁਨੇਹਾ ਦੇਣਾ ਹੋਵੇ ਇੰਟਰਵਿਊ ਦੇ ਐਂਡ ਦੇ ਵਿੱਚ, ਕੋਈ ਮੈਸੇਜ ਰਹਿ ਗਿਆ ਹੋਵੇ ਤੁਹਾਡਾ? ਜਲਦੀ ਜੀਪ ਲਿਆਓ। ਕੋਈ ਮੈਸੇਜ ਤਾਂ ਕੁਛ ਨਹੀਂ, ਬਟ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੋਈ ਮੈਸੇਜ ਨਹੀਂ, ਬਸ ਇਹ ਹੈ ਕਿ ਘੈਂਟ ਗੱਡੀ ਆ, ਜਿਹੜੇ ਬੰਦੇ ਵੀ ਲੈਣਾ ਚਾਹੁੰਦੇ, ਜਿਹੜੇ ਮੁੰਡੇ ਕੁੜੀਆਂ, ਵਧੀਆ ਨਾਈਸ ਕਾਰ ਆ, ਆਪਾਂ ਪਿਛਲੇ ਇੱਕ ਡੇਢ ਵੀਕ ਤੋਂ ਚਲਾ ਰਹੇ ਹਾਂ, ਸਾਨੂੰ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਨਹੀਂ ਸੋਹਣੀ ਬਿਨਾਂ ਸ਼ੱਕ, ਆਹਾ ਹਾ ਹਾ ਹਾ, ਚਲਾ ਕੇ ਵੀ ਦੇਖ ਲਈਏ ਮੈਂ, ਕਿਹਾ ਮਾੜੀ ਜੀ ਟੈਂਟਣ, ਆਹੀ ਫਰਕ ਆ, ਇਹ ਉੱਚੀ ਆ, ਇੱਧਰ ਬਹੁਤ ਨੀਵੇਂ ਹੋ ਕੇ ਬੈਠਣਾ ਪੈਂਦਾ, ਇੱਧਰ ਐਨ ਆਰਾਮ ਨਾਲ ਤੁਸੀਂ ਬਹਿ ਜਾਓ। ਵਾਹਿਗੁਰੂ, ਕਹਿੰਦੇ ਜੀਪ 'ਚ ਬੈਠੇ ਤਾਂ ਜੀਪ ਨਾ ਚਲਾਈ, ਫਿਰ ਜੀਪ 'ਚ ਕਾਹਦਾ ਬੈਠੇ? ਸਾਰੇ ਡੈਸ਼ ਕੈਮ ਲਵਾ ਲਓ ਆਪਣਾ, ਸਹੀ ਗੱਲ, ਬਹੁਤ ਜ਼ਰੂਰੀ ਚੀਜ਼ ਹੈ। ਮੈਂ ਤਾਂ ਦੂਜਿਆਂ ਨੂੰ ਕਹਿ ਰਿਹਾ ਸੀ ਮੈਂ ਜੀਪ ਚਲਾ ਰਿਹਾ, ਬਾਲੀ ਘੈਂਟ ਫੀਲ ਆ। ਮੈਂ ਤਾਂ ਜੀਪ ਤਾਂ ਮੈਂ ਪਹਿਲਾਂ ਵੀ ਚਲਾਈ ਆ ਇੱਕ ਦੋ ਜੀਪਾਂ, ਪਰ ਅਲੱਗ ਹੀ ਨਜ਼ਾਰਾ ਹੈਗਾ, ਹੈ ਨਾ। ਇਹਦੀ ਮੈਨੂੰ ਵਾਲੀ ਘੈਂਟ ਗੱਲ ਆ ਜਾਂਦੀ ਆ, ਜਦ ਬੰਦਾ ਗਲਤ ਰੋਣਾ ਵੀ ਫੁੱਟਪਾਥ ਉੱਤੇ ਚੜਾ ਕੇ ਬੜਾ ਪੌਦਰ ਨਹੀਂ ਜਾਣਾ, ਜਿੰਨੇ ਫੁੱਟਪਾਥ ਨੇ ਸਾਰੇ ਅਸੀਂ ਚੜ ਦਿੰਦੇ ਹਾਂ, ਜਿੱਥੋਂ ਮਰਜ਼ੀ ਲੈ ਜਾਈ। ਹੁਣ ਬਾਈ ਨੂੰ ਬੜੀ ਟੈਨਸ਼ਨ ਜੀ ਹੋ ਗਈ, ਨਹੀਂ ਨਹੀਂ ਨਵੀਂ ਨਵੀਂ ਦੀ ਹੁੰਦੀ ਆ ਜੀ, ਵੈਸੇ ਚਲੋ ਕੋਈ ਵੀ ਹੋਵੇ, ਨਵੀਂ ਭਾਵੇਂ ਬੰਦੇ ਨੇ ਜੇਸੀਬੀ ਲਈ ਹੋਵੇ ਜੀ, ਤਾਂ ਹੀ ਤਾਂ ਬੰਦਾ ਸਾਂਭ ਕੇ ਰੱਖਦਾ ਫਿਰ ਗੱਡੀ। ਨਾਲ ਜਿਹਨੇ ਜੀਪ ਲੈਣੀ ਆ ਫਿਊਚਰ ਦੇ ਵਿੱਚ, ਉਹ ਬਾਈ ਨੂੰ ਵੀਡੀਓ ਸ਼ੇਅਰ ਵੀ ਕਰ ਦਿਓ, ਆਈਡੀਆ ਹੋ ਜਾਊਗਾ। ਬਾਕੀ ਜੀਪ ਨਾਲ ਪੰਜਾਬੀਆਂ ਦਾ ਪਿਆਰ, ਜਦੋਂ ਦੀਆਂ ਜੀਪਾਂ ਬਣੀਆਂ ਨੇ ਉਹ ਟਾਈਮ ਤੋਂ ਹੀ ਆ ਸਾਰੇ, ਹੈ ਨਾ, ਸ਼ੌਂਕ ਨਾਲ। ਕਈ ਲੋਕ ਤਾਂ ਬਾਲੀਆਂ ਘੈਂਟ ਘੈਂਟ ਬਣਾ ਕੇ ਰੱਖਦੇ ਆ, ਅਤੇ ਬਟ ਆਲਵੇਜ਼ ਜਿਹੜੀ ਚੀਜ਼ ਬਜਟ 'ਚ ਆ ਉਹ ਲਵੋ, ਉਹਦਾ ਸਵਾਦ ਹੀ ਦੁੱਗਣਾ ਹੁੰਦਾ ਵਾ, ਹੈ ਨਾ। ਅਤੇ ਆਹ ਦੋਨੇ ਗੱਡੀਆਂ ਹੁਣ ਤੁਹਾਨੂੰ ਦਿਖਾਤੀ ਆ, ਮਸਟੈਂਗ ਖੜੀ ਆ, ਉਹ ਜੀਪ ਖੜੀ ਆ, ਬਾਕੀ ਤੁਹਾਨੂੰ ਹੋਰ ਇੱਕ ਰਵੀ ਨੇ ਜਿਹੜੀ ਘੈਂਟ ਗੱਡੀ ਲੈਣੀ ਆ ਨਵੀਂ, ਉਹ ਵੀ ਆਪਾਂ ਵੀਡੀਓ ਛੇਤੀ ਪਾਵਾਂਗੇ। ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ, ਸਾਰਿਆਂ ਨੂੰ ਲਵ ਯੂ, ਟੇਕ ਕੇਅਰ, ਅਤੇ ਬਾਏ ਬਾਏ।